ਤਰਨ ਤਾਰਨ ਜ਼ਿਲ੍ਹੇ ਦੇ ਝਬਾਲ ਕਸਬੇ ਦੇ ਵਿੱਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੋ ਕਿ ਮੱਝ ਦਾ ਇੱਕ ਪਵਿੱਤਰ ਸਥਾਨ ਮੰਨਿਆ ਜਾਂਦਾ ਵਾ, ਅੱਜ ਸਵੇਰੇ 9 ਵਜੇ ਦੇ ਕਰੀਬ ਇੱਥੇ ਇੱਕ ਅਪਾਹਜ ਵਿਅਕਤੀ ਵੱਲੋਂ, ਪਰਮਜੀਤ ਸਿੰਘ ਨਾਮਕ ਵਿਅਕਤੀ ਆ ਜੋ ਭੋਜੀਆਂ ਦਾ ਦੱਸਿਆ ਜਾ ਰਿਹਾ ਵਾ, ਉਹਦੇ ਵੱਲੋਂ ਗੁਟਕਾ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਗਈ ਆ, ਦੁੱਖਦਾਈ ਘਟਨਾ ਜਿਹੜੀ ਆ ਵਾਪਰੀ ਆ, ਔਰ ਮੌਕੇ 'ਤੇ ਸ਼੍ਰੋਮਣੀ ਕਮੇਟੀ ਜਿਹੜੇ ਕਰਮਚਾਰੀ ਆ ਉਹਨਾਂ ਵੱਲੋਂ ਉਸ ਵਿਅਕਤੀ ਨੂੰ ਜਿਹੜਾ ਵਾ ਮੌਕੇ 'ਤੇ ਫੜ ਲਿਆ ਗਿਆ ਵਾ, ਔਰ ਇਸ ਵਿਅਕਤੀ ਨੂੰ ਜਿਹੜਾ ਵਾ ਇਸ ਵੇਲੇ ਝਬਾਲ ਥਾਣੇ ਦੇ ਵਿੱਚ ਰੱਖਿਆ ਗਿਆ ਵਾ, ਔਰ ਪੁਲਿਸ ਜਿਹੜੀ ਆ ਉਹ ਕਾਰਵਾਈ ਕਰ ਰਹੀ ਆ। ਦੱਸਿਆ ਜਾ ਰਿਹਾ ਵਾ ਵੀ ਜਿਹੜੇ ਇੱਥੇ ਸਤਿਕਾਰ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਵੀ ਪਹੁੰਚ ਚੁੱਕੇ ਨੇ, ਔਰ ਵੀ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਉੱਥੇ ਮੌਕੇ 'ਤੇ ਪਹੁੰਚ ਰਹੇ ਆ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਦਾਅਵਾ ਕਰ ਰਹੀ ਆ ਵੀ ਇਸ ਵਿਅਕਤੀ 'ਤੇ ਕਰੜੀ ਜਿਹੜੀ ਆ ਉਹ ਕਾਰਵਾਈ ਕਰਵਾਈ ਜਾਊਗੀ, ਔਰ ਮਾਮਲੇ ਦੀ ਜਿਹੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਆ ਤਾਂ ਜੋ ਇਹਦੇ ਪਿੱਛੇ ਪਤਾ ਲੱਗ ਸਕੇ ਵੀ ਕਿਹੜੇ ਵਿਅਕਤੀਆਂ ਦਾ ਹੱਥ ਹੈਗਾ ਵਾ, ਔਰ ਆਏ ਦਿਨ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਵਾ ਉਹਨਾਂ ਨੂੰ ਜਿਹੜੀ ਆ ਨਕੇਲ ਪਾਈ ਜਾ ਸਕੇ। ਮਨਵਿੰਦਰ ਮਿਲਾਪ, ਮਿਲਾਪ ਰੋ ਟੀ ਵੀ, ਤਰਨ ਤਾਰਨ। ਅੱਛਾ ਜੀ, ਅੱਜ ਤਕਰੀਬਨ 9:15 ਦੇ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ, ਇਹਦੇ ਬਾਪ ਦਾ ਨਾਂ ਸਰਦਾਰ ਗੁਰਦਿਆਲ ਸਿੰਘ ਆ, ਇਹ ਪਿੱਛੋਂ ਭੋਜੀਆਂ ਦੇ ਰਹਿਣ ਵਾਲੇ ਆ ਅਤੇ ਇਸ ਵਕਤ ਭਗਤ ਜਲਨ ਦਾਸ ਕਲੋਨੀ ਦੇ ਵਿੱਚ ਰਹਿੰਦੇ ਝਬਾਲ। ਇਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ, ਕਹਿੰਦੇ ਵੀ ਇਹ ਪਹਿਲਾਂ ਵੀ ਆਉਂਦਾ ਸੀ ਅਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ, ਲੰਮੇ ਸਮੇਂ ਤੋਂ ਆਉਂਦਾ ਸੀ, ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਅਤੇ ਇਹਨੇ ਆਉਂਦਿਆਂ ਸਾਰ ਅਲਮਾਰੀ ਦੇ ਵਿੱਚੋਂ ਗੁਟਕਾ ਸਾਹਿਬ ਲਿਆ, ਗੁਟਕਾ ਸਾਹਿਬ ਲੈ ਕੇ ਉਹਦੇ ਵਿੱਚੋਂ ਜਿਸ ਤਰ੍ਹਾਂ ਆਪਾਂ ਕਹਿ ਲਈਏ ਵੀ ਅਰਦਾਸ ਰਹਿਰਾ ਸਾਹਿਬ ਅਤੇ 16 ਸਾਹਿਬ ਜੀ ਦੀ ਬਾਣੀ, ਇਸ ਤਰ੍ਹਾਂ 134 ਕੰਗ ਤੋਂ ਲੈ ਕੇ ਅਤੇ 174 ਤੱਕ ਨਿਤਨੇਮ ਦੀਆਂ ਹੋਰ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ, ਉਸ ਗੁਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ। ਇਹਦੇ ਅੰਗ ਪਾੜਦਿਆਂ ਪਾੜਦਿਆਂ ਹੀ ਸਾਡਾ ਉੱਥੇ ਸੇਵਾਦਾਰ ਮੌਜੂਦ ਸੀ ਭਾਈ ਨਿੰਦਰ ਸਿੰਘ, ਉਹ ਸੇਵਾਦਾਰ ਮੌਜੂਦ ਸੀ, ਉਹਨੇ ਝੱਟ ਦਿੰਦੇ ਨੂੰ ਫੜ ਲਿਆ ਔਰ ਬਾਅਦ ਵਿੱਚ ਦਫ਼ਤਰ ਲਿਆਂਦਾ। ਇਸ ਵਕਤ ਤਾਂ ਝਬਾਲ ਥਾਣੇ ਦੇ ਵਿੱਚ ਆ, ਪਹਿਲਾਂ ਤਫਤੀਸ਼ ਕਰਾਈ ਜਾਵੇਗੀ ਵੀ ਜੇ ਪਹਿਲਾਂ ਇੰਨੇ ਚਿਰ ਤੋਂ ਸੇਵਾ ਕਰਦਾ ਸੀ ਤਾਂ ਅੱਜ ਇਹਨੇ ਐਡਾ ਵੱਡਾ ਗੁਨਾਹ ਕੀਤਾ, ਇਹਦੇ ਮਗਰ ਕਿਹਦਾ ਦਿਮਾਗ ਆ ਜਾਂ ਕਿੰਨੇ ਇਹਨੂੰ ਆਖਿਆ। ਭਾਵੇਂ ਕਿ ਗੱਲ ਕੀਤੀ ਜਾਂਦੀ ਆ ਜੀ ਇਹ ਮੈਂਟਲੀ ਤੌਰ 'ਤੇ, ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕਿਉਂ ਦਿਖਦਾ ਕਿ ਮੈਂ ਗੁਟਕਾ ਸਾਹਿਬ ਦਾ ਨਿਰਾਦਰ ਕਰਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ, ਇਸ ਵਾਸਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ, ਉਹ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ, ਸਰਦਾਰ ਸਰਬਦਿਆਲ ਸਿੰਘ, ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਿਕਾਰ ਕਮੇਟੀ ਦੇ ਜਿਹੜੇ ਨੇ ਵੀਰ ਉਹ ਵੀ ਸਾਰੇ ਪਹੁੰਚੇ ਨੇ। ਸਾਡੀ ਇੱਕੋ ਇੱਕ ਹੀ ਹੈ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਫਤੀਸ਼ ਕੀਤੀ ਜਾਵੇ, ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਤਾਂ ਅੱਜ ਇਹਨੇ ਕੰਮ ਕਿਉਂ ਕੀਤਾ, ਕਿਸੇ ਦਾ ਸਿਖਾਇਆ ਪੜ੍ਹਾਇਆ ਤਾਂ ਨਹੀਂ ਆਉਂਦਾ, ਤੈਅ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰਾ ਉਹ ਕੀਤੀ ਜਾਵੇ। ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਾਈ ਵੱਡੀ ਘਟਨਾ ਹੋਈ ਆ, ਜੋ ਕਿ ਜਿਹੜਾ ਸਾਡੇ ਮੱਝ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਹੈ, ਅਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਆ। ਉਸ ਟਾਈਮ 'ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ, ਫਿਰ ਦਰਬਾਰ ਦੇ ਅੰਦਰ ਦਿੱਤਾ। ਇਹ ਬੜੀ ਚਿੰਤਾ ਦਾ ਵਿਸ਼ਾ ਵਾ, ਕਿਉਂਕਿ ਸਾਡੇ ਉੱਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁਟਕਾ ਸਾਹਿਬ ਦੀ ਬੇਅਦਬੀ ਕਰ ਗਿਆ ਅਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ। ਵੈਸੇ ਤਾਂ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਹਾਂ, ਜਿਹੜੀ ਧਾਰਾ ਉਹ 295 ਆ, 295 ਦੀ ਜਿਹੜੀ ਜ਼ਮਾਨਤ ਆ ਉਹ ਦੂਜੇ ਤੀਜੇ ਦਿਨ ਹੋ ਜਾਂਦੀ ਆ, ਉਹ ਬੰਦੇ ਜਿਹੜੇ ਆ ਬਾਹਰ ਆ ਜਾਂਦੇ ਆ, ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ। ਇਹਦਾ ਜਿਹੜੀ ਆ ਸੇਵਾ ਤਾਂ ਸੰਗਤ ਨੂੰ ਕਰਨੀ ਚਾਹੀਦੀ ਸੀ, ਅਤੇ ਉੱਥੇ ਇਹਨਾਂ ਨੇ ਮੁਲਾਜ਼ਮਾਂ ਨੇ ਜਿਹੜਾ ਵਾ ਉਹ ਆਪਣਾ ਪੁਲਿਸ ਵਾਲਿਆਂ ਨੇ ਲੈ ਆਉਂਦਾ,
ਅਤੇ ਹੁਣ ਇਹ FIR ਦੀ ਕਾਪੀ ਦੇ ਰਹੇ ਹਾਂ, ਪਰ ਅਸੀਂ ਇਸ 'ਤੇ ਗੱਲ 'ਤੇ ਸੰਤੁਸ਼ਟ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇ, ਜਿਸ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ, ਉਸ ਤਰ੍ਹਾਂ ਕਰਕੇ ਇਕੱਲੀ FIR ਦੀ ਨਕਲ ਨਾ ਸਾਨੂੰ ਦੇਣ। ਉਹਦੀ ਛਾਣਬੀਣ ਕਰਕੇ ਉਹਦੇ ਪਿੱਛੇ ਕੀ ਸੀ, ਉਹਨੂੰ ਕਿਸੇ ਨੇ ਸਿਖਾਇਆ ਵਾ, ਕਿੰਨੇ ਘਲਾਇਆ ਵਾ, ਕਿੰਨੇ ਇਸ ਦਿਨ 'ਤੇ ਇੱਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ। ਉਹ ਪਾਣੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ, ਸਾਫ਼ ਗੱਲ ਹੋਣੀ ਚਾਹੀਦੀ ਆ। ਜੇਕਰ ਇਸ ਗੱਲ 'ਤੇ ਕੋਈ ਢਿੱਲ ਵਰਤਦਾ ਤਾਂ ਅਸੀਂ ਉਹਦੇ ਖਿਲਾਫ਼ ਜਿਹੜਾ ਵਾ ਉਹ ਸੰਘਰਸ਼ ਕਰਾਂਗੇ। ਆਪਣੀਆਂ ਹੋਰ ਵੀ ਸਿੰਘ ਸਾਹਿਬ ਆ ਰਹੇ ਕੋਈ ਸੰਗਤਾਂ? ਬਿਲਕੁਲ ਜੀ, ਅਜੇ ਜਦੋਂ ਪਤਾ ਲੱਗਾ ਅੱਜ ਸਵੇਰੇ, ਅਸੀਂ ਤਾਂ ਉਦੋਂ ਹੀ ਘਰੋਂ ਸਾਰੇ ਕਾਰੋਬਾਰ ਵਾਲੇ ਸਿੰਘ ਹਾਂ, ਉਸੇ ਵੇਲੇ ਤੁਰੇ ਹਾਂ। ਪਰ ਸਾਡੇ ਆਉਣ ਤੋਂ ਪਹਿਲਾਂ ਸਿੰਘਾਂ ਦਾ ਤਾਂ ਮਾਣ ਇਹ ਸੀਗਾ ਵੀ ਜਦੋਂ ਉੱਥੇ ਜੇ ਬੀੜ ਸਾਹਿਬ ਜਾਂਦਾ, ਅਸੀਂ ਇਹ ਨਹੀਂ ਚਾਹੁੰਦੇ ਕਿ ਮੈਂਜਰ ਸਾਹਿਬ 'ਤੇ ਜਾਂ ਗ੍ਰੰਥੀ ਸਿੰਘ 'ਤੇ ਕੋਈ ਕਿਸੇ 'ਤੇ ਆਵੇ, ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ, ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਸੀ, ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਆਉਂਦਾ। ਹੁਣ ਸਿੰਘ ਜਿਹੜੇ ਆ, ਜਿਉਂ ਜਿਉਂ ਪਤਾ ਲੱਗਦਾ ਇਹਦਾ ਇਲਾਕੇ ਦੀ ਜਿਹੜੀ ਸੰਗਤ ਆ ਉਹ ਇੱਥੇ ਪਹੁੰਚ ਰਹੀ ਹੈ। ਸਿੰਘ ਤਾਂ ਪਹਿਲਾਂ ਵੀ ਕਿਤੇ ਉੱਥੇ ਜਾਂਦਾ, ਕਰਮਜੀਤ ਸਿੰਘ ਨਾਂ ਦਾ ਸਾਨੂੰ, ਫਰਦਿਆਲ ਸਿੰਘ ਭੋਜੀਆਂ ਪਿੰਡ ਦਾ, ਅਤੇ ਬਾਬਾ ਚੱਲਣ ਕੀ ਪਰਤੀ ਹੈ ਜੀ, ਉੱਥੋਂ ਦੇ ਰਹਿਣ ਵਾਲਾ ਹੈ। ਅਤੇ ਉਹਦੇ ਵੈਸੇ ਤਾਂ ਅੰਮ੍ਰਿਤਧਾਰੀ ਪਰਿਵਾਰ ਸੀ ਸਾਰਾ, ਅਤੇ ਉਹਦੇ ਫਾਦਰ ਹੀ ਚੜ੍ਹਾ ਕੇ ਆਏ, ਕਹਿੰਦੇ ਲੰਗਰ ਹਾਲ 'ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਸੀ 10-15 ਸਾਲ ਤੋਂ। ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਅਤੇ ਜਿਹੜੀ ਮੰਦਭਾਗੀ ਘਟਨਾ ਨੇ ਕੀਤੀ, ਦਰਬਾਰ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਪਾਠ ਕਰਨ ਕਰ ਮੁੜ ਕੇ ਵਿੱਚੋਂ ਅੰਗ ਖਿੱਚਦੇ ਨਿਤਨੇਮ ਗੁੜਕੇ ਦੇ। ਕਿੰਨੇ ਸਾਲ ਦੇ ਵਿੱਚ ਕੋਈ ਮੰਨ ਕੇ ਚੱਲੀਏ ਆਪਾਂ, 134 ਤੋਂ ਲੈ ਕੇ 174 ਤੱਕ, 131 ਤੋਂ ਲੈ ਕੇ 174 ਤੱਕ ਕੀਤੀ। ਅਤੇ ਕੀ ਕਾਰਵਾਈ ਸਰ ਉਹ ਬੰਦਾ ਆਰੋਪੀ ਜਿਹੜਾ? ਹਾਂਜੀ ਹਾਂਜੀ, ਉਹਨੂੰ ਤਾਂ ਕੇਸ ਮੁਕੱਦਮਾ ਦਰਜ ਕਰਤਾ ਜੀ, ਆਰੋਪੀ ਨੂੰ ਗ੍ਰਿਫਤਾਰ ਕੀਤਾ ਨਾ? ਕਰ ਲਿਆ ਜੀ, ਕਰ ਲਿਆ। ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? 295 ਦੇ ਤਹਿਤ ਪਰਚਾ ਦਰਜ ਕੀਤਾ ਜੀ। ਅਤੇ ਕੋਈ ਉੱਧਰੋਂ ਆਏ ਸ਼੍ਰੋਮਣੀ ਕਮੇਟੀ ਤੋਂ ਕੌਣ ਕੌਣ ਆਏ ਸੀ? ਹਾਂਜੀ, ਮੈਨੇਜਰ ਸਾਹਿਬ ਆਏ ਆ, ਨਾਲ ਸਿੰਘ ਸਾਹਿਬ ਆਏ ਬੈਠੇ ਨੇ, ਉੱਥੋਂ ਦੇ ਹੈੱਡ ਕਰੰਟ ਸੀ ਆਪਣਾ ਬੀੜ ਬਾਬਾ ਬੁੱਢਾ ਸਾਹਿਬ ਤੋਂ। ਇਹਦੇ ਮਗਰ ਕੀ ਸਾਜਿਸ਼ ਹੈਗੀ ਸੀ ਤਾਂ ਹੱਥ ਹੋ ਸਕਦਾ? ਨਹੀਂ, ਇਹ ਤਾਂ ਅਜੇ ਹੁਣ ਤਫਤੀਸ਼ ਚੱਲੇਗੀ ਤਾਂ ਪਤਾ ਲਗਾਇਆ ਜਾਏਗਾ। ਮਾਮਲਾ ਦਰਜ ਮਾਮਲਾ ਦਰਜ।